ਥੋੜੀ ਘੱਟ ਕਰੋ ਆਵਾਜ਼, ਭਾਜੀ ਗਾਣਾ ਚੈੱਕ ਕਰਨਾ। ਸਮਿਤੀ ਇੱਕ ਮਿੰਟ ਪਲੀਜ਼, ਜੋਤ ਗਾਣਾ ਕੀ ਹੈ? ਮੇਰਾ ਲਿਖਿਆ ਹੁਣੇ ਮੈਸੇਜ ਆ ਗਿਆ ਕੈਨੇਡਾ ਤੋਂ, ਉਹਨੂੰ ਕੱਲ੍ਹ ਸੈਂਡ ਕੀਤਾ ਗਿਆ, ਤੂੰ ਬਸ ਮੈਂ ਮਜਬੂਰ ਹੋ ਗਿਆ, ਨਹੀਂ ਮੈਂ ਤਾਂ ਟਾਈਮ ਲੈਂਦਾ ਨਹੀਂ ਹੁੰਦਾ, ਹੈ ਤਾਂ ਮੇਰਾ ਭਰਾ ਹੀ, ਟਾਈਮ ਪਹਿਲਾਂ ਸ਼ੌਟ ਹੈ। ਗਾਣਾ ਕੀ ਹੈ? ਤੁਸੀਂ ਸਮਝ ਕੇ ਦੱਸਣਾ ਵੀ ਗਾਣਾ ਸਮਝ ਲੱਗਦੀ ਕਿ ਨਹੀਂ ਲੱਗਦੀ। ਆਪ ਹੀ ਭੁੱਲ ਗਏ। ਹੁਣ ਉਹਦਾ ਮੈਸੇਜ ਤਾਂ ਕਿਹੜੀ ਗਾਣਾ ਸਟਾਰਟਿੰਗ ਤੋਂ ਯਾਦ ਨਹੀਂ ਆ ਰਿਹਾ। ਚਲੋ ਉਹਦੀ ਹੁੱਕ ਲੈਣ ਤੋਂ ਵਸਾ ਦਿੰਦੇ ਹਾਂ। ਆ ਗਿਆ ਜੀ ਕਿੱਦਾਂ ਸਵੀਟੀ? ਆਪ ਤੋਂ ਫਿਰ ਗੁੱਸੇ ਹੋ ਜਾਂਦੀ ਹੁੰਦੀ, ਐ ਨਹੀਂ ਗੱਲ ਬਣਦੀ। ਜਾਣੀ ਕੋਈ ਭਰਾ ਮੁੰਡਾ ਬਾਹਰ ਗਿਆ, ਚਾਰ ਪੰਜ ਦਿਨਾਂ ਬਾਅਦ ਆਪਦੇ ਭਰਾ ਨੂੰ ਫੋਨ ਕਰਦਾ, ਭਾਈ ਥੋੜ੍ਹਾ ਹੌਲੀ ਦੇਖੋ। ਕਹਿੰਦਾ ਵੀ ਠੀਕ ਹੈ ਘਰੇ ਸਾਰੇ? ਕਹਿੰਦਾ ਠੀਕ। ਆਪਦੇ ਭਰਾ ਨੂੰ ਪੁੱਛਦਾ ਠੀਕ ਠਾਕ ਹੈ ਘਰੇ? ਕਹਿੰਦਾ ਨਹੀਂ ਠੀਕ ਨਹੀਂ। ਕਹਿੰਦਾ ਕੀ ਠੀਕ ਨਹੀਂ? ਕੀ ਕਹਿੰਦਾ? ਮਨ ਤੇ ਲੜਦੀ ਹੈ ਬਾਪੂ ਨਾਲ, ਆਡਾ ਲਾਹ ਖੜਦੀ ਹੈ ਬਾਪੂ ਨਾਲ, ਮਨ ਤੇ ਲੜਦੀ ਹੈ ਬਾਪੂ ਨਾਲ। ਆਪ ਤੁਸੀਂ ਵੇਖ ਲਓ, ਫਿਰ ਐਂ ਕਰ ਦਿੰਦੇ ਯਾਰ, ਮੈਂ ਤਾਂ ਉਹਦਾ ਕੰਮ ਖਰਾਬ ਕਰ ਰਿਹਾ, ਗਾਲਾਂ ਲੈ ਰਿਹਾ। ਤੁਸੀਂ ਬੰਦੋ ਬਸ ਉਹੀ ਗੱਲ, ਮੰਮੀ ਤੁਸੀਂ ਸੁਣੋ, ਸਾਡੇ ਘਰ ਸਾਰੇ ਕਹਿੰਦੇ ਤੁਸੀਂ ਸੁਣੋ। ਮਨ ਤੇ ਲੜਦੀ ਹੈ ਬਾਪੂ ਨਾਲ, ਆਡਾ ਲਾਹ ਖੜਦੀ ਏ ਬਾਪੂ ਨਾਲ, ਤੇਰੀ ਜਿੱਦ ਸੀ ਮੈਂ ਭੇਜਣਾ ਜ਼ਰੂਰ, ਤੇਰੀ ਜਿੱਦ ਸੀ ਮੈਂ ਭੇਜਣਾ ਜ਼ਰੂਰ, ਜੱਲੇ ਦੇ ਡੈਡੀ ਤੇਰੀ ਜਿੱਦ ਨੇ ਮੈਂ ਮੇਰਾ ਕੀਤਾ ਚਿਰ ਨਾਲ ਅੱਖੋਂ ਦੂਰ, ਜੱਲੇ ਦੇ ਡੈਡੀ ਤੇਰੀ ਜਿੱਦ ਨੇ ਮੈਂ ਮੇਰਾ ਕੀਤਾ ਚਿਰ ਨਾਲ ਅੱਖੋਂ ਦੂਰ। ਸਮਝ ਲੱਗ ਗਈ? ਆਮ ਜੈਲਾ ਕਹਿੰਦੇ, ਕਹਿੰਦੀ ਜੈ, ਕਹਿੰਦੀ ਤੇਰੀ ਜੈਸੀ ਬਾਹਰ ਭੇਜਣਾ। ਉਹ ਲੜੀ ਜਾਂਦੀ ਜਿੱਦ ਗਿਆ, ਕਹਿੰਦਾ ਮੈਂ ਜਾਂਦਾ, ਮੇਰੇ ਪੁੱਤ ਨੂੰ ਮੋੜ ਲੱਗਦਾ ਬਸ। ਉਹ ਭਾਜੀ ਜਿਹੜੇ ਲੈ ਵੇਖ ਰਹੇ ਹੈ, ਇੰਨਾ ਕੁ ਬਰਦਾਸ਼ਤ ਕਰੋ। ਥੈਂਕ ਯੂ ਮੰਮੀ ਨੇ, ਮੰਮੀ ਦੀ ਧਿਆਨ ਸੁਣਾ ਤੁਸੀਂ ਤਾਂ ਨਹੀਂ। ਥੈਂਕ ਯੂ ਥੈਂਕ ਯੂ।